ਅਜਾ ਨਬੀ ਦੀ ਕਬਰ ਦੀ ਮਿੱਟੀ ਸੁੱਕੀ ਨਾਈ। ਮੈਂ ਬਿਸਮਿਲਾ ਕਰਾਂ, ਕੋਸ਼ਿਸ਼ ਕਰਿਆ ਰੋਣ ਦੇ ਦਿਨ ਨੇ ਸੋਹਣੀ ਮੁਕਾਨ ਹੋ ਸਿੱਖਦੀ ਤੁਰ ਗਈ ਮੁਹੰਮਦ ਦੀ ਪਾਬੰਦੀ ਆਈ ਤੇ ਬਤੂਲ ਤੇ ਅੱਜ ਹੀ ਹੁਸੈਨ ਦੀ ਮਾਂ ਮਜ਼ਲੂਮ ਹੈ। ਮਦੀਨੇ ਦੇ ਲੋਕ ਇਕੱਠੇ ਹੋਏ, ਇੱਕ ਦਰਖਾਸਤ ਲਿਖੀ ਹੈ, ਇਸ਼ਾਰਾ ਮੈਂ ਕਰਨਾ ਹੈ, ਸ਼ਹਿਰ ਦੇ ਮੁਅੱਜ਼ਜ਼ੀਨ ਨੇ ਦਸਤਖਤ ਕੀਤੇ। ਮੈਂ ਜ਼ਿੰਦਗੀ ਦਾ ਪਤਾ ਕੋਈ, ਅਗਲੇ ਸਾਲ ਪਤਾ ਨਹੀਂ ਸਾਹ ਹੋਵੇ ਨਾ ਹੋਵੇ। ਅਲੀ ਜਾਂ ਬਹਾਦਰ ਇਮਾਮ ਤਰਫਿਆ ਕਰੂਨੇ ਅਸਦਾਰਾ ਦੇ ਰੋਣ ਤੂੰ ਬੇਚੈਨ ਹੈ। ਸਰਕਾਰ ਫਰਮਾਇੰਦੇ ਤੁਸੀਂ 11 ਬੰਦੇ ਨਹੀਂ ਮਦੀਨੇ ਦੇ ਮੇਰੀ ਤਰਫ ਚਾਲੇ, ਜੇ ਕੋਈ ਬੰਦਾ ਆ ਕੇ ਗਵਾਹੀ ਛੱਡੇ ਜੋ ਅਸਾਂ ਜ਼ਹਰਾ ਦੇ ਵੇਣ ਹਵੇਲੀ ਦੇ ਬਾਹਰ ਸੁਣੇ, ਮੇਰੇ ਕੋਲ ਪੁੱਛਦੇ ਹੋ ਤੇ ਆਪਣੇ ਦੁੱਖਾਂ ਨੂੰ ਰੋਂਦੀ, ਨਾ ਕਹਿ ਕੋ ਬਦਦੁਆ ਕਰੇਂਦੀ। ਜਵਾਬ ਵਿੱਚ ਅੱਜ ਯਾ ਅਲੀ ਜਿਹਨਾਂ ਸਾਨੂੰ ਭੇਜਿਆ ਹੈ ਨਾ ਉਹਨਾਂ ਆਖੇ ਅਲੀ ਨੂੰ ਆਖ ਦਿਓ ਅਗਰ ਬਤੂਲ ਤੇਰੇ ਕੋਲ ਚੁੱਪ ਨਹੀਂ ਕਰੇਂਦੀ ਸਾਨੂੰ ਚੁੱਪ ਕਰਾਉਂਦੀ। ਮੈਂ ਸਦਕੇ ਵਜਾਂ ਮਾਂ ਹੁਸੈਨ ਦੀ ਕਦੇ ਕੁਛ ਕਰੂੰ ਸੰਭਾਲ ਲੈ। ਅਮੀਰ ਮੋਮਿਨੀਨ ਨੇ ਫਰਮਾਇਆ ਮੁਸਲਮਾਨੋ ਮੇਰੇ ਦੇਖੋ ਮੈਂ ਉਹ ਅਲੀ ਹਾਂ, ਤਲਵਾਰ ਹੀ ਮੇਰੇ ਕੋਲ ਹੈ, ਉਹ ਮੇਰੀ ਤਾਕਤ ਹੈ, ਉਹ ਮੇਰੀ ਹਿੰਮਤ ਹੈ, ਜੁਰਤ ਹੈ। ਮੈਨੂੰ ਜ਼ਹਰਾ ਦੇ ਬਾਬੇ ਦੀ ਛੇਕੜੀ ਮਸੀਹਤ ਮਾਰ ਮੁਕਾ ਆਇਆ। ਸੈਯਦ ਅਦਾ ਮੈਂ ਕਿਵੇਂ ਆਖਾਂ ਪੀਰ ਦੇ ਗਮ ਵਿੱਚ ਨਾ ਰੋ। ਇਮਾਮ ਦੀ ਆਵਾਜ਼ ਨੇ ਤੁਸਾਂ ਹੱਕ ਖਸਿਆ, ਮੈਂ ਚੁੱਪ ਕਰ ਗਿਆ। ਤੁਸਾਂ ਸੰਗਤ ਚਾਕ ਕੀਤੀ, ਮੈਂ ਚੁੱਪ ਕਰ ਗਿਆ। ਤੁਸਾਂ ਗਵਾਹ ਝੂਠ ਲਾਏ, ਮੈਂ ਚੁੱਪ ਕਰ ਗਿਆ। ਤੁਸਾਂ ਦਰਵਾਜ਼ੇ ਤੇ ਅੱਗ ਬਾਲੀ, ਮੈਂ ਚੁੱਪ ਕਰ ਗਿਆ। ਮੇਰਾ ਮੌਸਮ ਸ਼ਹੀਦ ਹੋਇਆ, ਨਬੀ ਦੀਦੀ ਦਾ ਪਾਸਾ ਜ਼ਖਮੀ ਹੋਇਆ, ਮੈਂ ਚੁੱਪ ਕਰ ਗਿਆ। ਮੈਂ ਕਿਵੇਂ ਆਖਾਂ ਆਦਰ ਯਾ ਅਲੀ ਵਾਸਾ ਕੋਈ ਜਵਾਬ ਦਿਓ। ਸਰਕਾਰ ਫਰਮਾਇੰਦੇ ਤੁਹਾਡਾ ਕਾਸਿਰ ਬਣ ਕੇ ਮੈਨੂੰ ਦਰਖਾਸਤ ਵਾਲਾ ਕਾਗਜ਼ ਮੈਨੂੰ ਦਿਓ। ਸਰਗੋਦਿਆ ਲਿਓ ਦਰਖਾਸਤ ਵਾਲਾ ਕਾਗਜ਼ ਇਮਾਮ ਦੇ ਹੱਥ ਚ, ਰੋਂਦੇ ਆਉਂਦੇ ਅੱਖਾਂ ਵਸਦੀਆਂ, ਪਹਿਲਾ ਕਦਮ ਦਰਦ ਦੇ ਅੰਦਰ ਰੱਖਿਆ ਨੇ, ਬਾਵੇਂ ਜੋ ਪਾਸੇ ਦਾ ਦਰਦ ਖਾ ਗਿਆ। ਅਕਲ ਮਾਰ ਗਏ ਸਮਾਈਆਂ ਦਾਈਆਂ, ਜਲਦੀ ਆਓ, ਮੇਰਾ ਬਾਜ਼ੂ ਪਕੜ ਕੇ ਉਠਾਓ। ਮੇਰਾ ਵਾਰਿਸ ਆ ਗਿਆ, ਮੇਰਾ ਹਾਕਿਮ ਆ ਗਿਆ। ਸੈਯਦ ਅਦਾ ਨਾ ਉੱਠੇ ਬਤੂਲ, ਮੈਂ ਤੈਨੂੰ ਤਦਾਂ ਦੀਆਂ ਤਾਜ਼ੀਮਾਂ ਮਾਫ ਕਰ ਛੋੜੀਆਂ ਜਦਾਂ ਦੀ ਖੜ ਕੇ ਨਮਾਜ਼ ਨਹੀਂ ਪੜ ਸਕ। ਬੀਬੀ ਆਦੀ ਯਾ ਅਲੀ, ਬਸ ਮਿਜ਼ਾਜ ਮਿਲਿਆ ਜਾ ਵਿਆ ਬਾਈ। ਬੀਬੀ ਆਦੀ ਯਾ ਅਲੀ, ਭਾਵੇਂ ਮੈਂ ਜਿੱਡੀ ਦੁਖੀ ਹੋ ਸਾਂ, ਤੁਹਾਡੀ ਤਾਜ਼ੀਮ ਜ਼ਰੂਰ ਕਰੇ ਸਾਂ। ਤੁਹਾਡੀ ਤਾਜ਼ੀਮ ਮੇਰੇ ਤੇ ਵਾਜਬ, ਅੱਜ ਮੈਂ ਤੁਹਾਡੀ ਤਾਲੀਮ ਨਾ ਕਰਾਂ, ਕਿਆਮਤ ਤਾਈਂ ਕੋਈ ਮਸਤੂਰ ਆਪਣੇ ਸ਼ੋਹਰ ਦੀ ਤਾਲੀਮ ਨਾ ਕਰੇ ਸਕ। ਮੇਰਾ ਸਰਦਾਰ ਅੱਜ ਰੋਂਦਾ ਕਿਉਂ ਬੰਦਾ? ਇਹ ਦਰਵਾਜ਼ੇ ਤੇ ਕੌਣ ਆਏ ਖੜੇ? ਇਹ ਹੱਥ ਚ ਕਾਗਜ਼ ਕੀ ਹੈ? ਅਲੀ ਦੀ ਆਵਾਜ਼ ਬਤੂਲ ਪਿਓ ਦੇ ਰਿਆਇਆ ਆਏ ਖੜੇ, ਮੇਰੀ ਸਹਿਣ ਸਮਝਾਏ ਸ਼ਾਇਦ ਮੁਕਾਣੀ ਹੋ ਸੈਂ। ਬੀਬੀ ਦੀ ਆਵਾਜ਼ ਹੈ ਯਾ ਅਲੀ, ਇਹਨਾਂ ਕੋ ਮੇਰਾ ਬਾਬਾ ਅੱਜ ਯਾਦ। ਅਲੀ ਦੀ ਆਵਾਜ਼ ਹੈ ਬਤੂਰ, ਮੁਕਾਣੀ ਨਹੀਂ ਹਟਕਣ ਆਏ ਖੜੇ ਨੀ, ਇੱਕ ਟਾਈਮ ਰੋ। ਬੀਬੀ ਆਦੀ ਯਾ ਅਲੀ, ਮੇਰੀ ਗਵਾਹੀ ਦਿੱਤੀ ਹੋ ਵੀ ਆ, ਮੈਂ ਜ਼ਿੰਦਗੀ ਨੂੰ ਚੱਲ ਫਿਰਾਂ। ਸੈਯਦ ਦੀ ਆਵਾਜ਼ ਹੈ ਬਤੂਰ, ਅਗਰ ਮੇਰੀ ਗਵਾਹੀ ਮੰਨੇ ਨਾ, ਤੇਰਾ ਪਾਸਾ ਕਿਉਂ ਜ਼ਖਮੀ ਹੋਇਆ? ਮੇਰੀ ਗਵਾਹੀ ਮੰਨੇ ਨਾ, ਤੂੰ ਖਾਲੀ ਕਿਉਂ ਮੰਨੇ ਨਾ? ਮੇਰੀ ਗਵਾਹੀ ਮੰਨੇ ਨਾ, ਦਰਵਾਜ਼ੇ ਤੇ ਅੱਗ ਕਿਉਂ ਲਾਵੇ ਨਾ? ਬੀਬੀ ਦੀ ਆਵਾਜ਼ ਨੀ ਯਾ ਅਲੀ, ਤੁਸਾਂ ਮੇਰੇ ਹਾਕਮ ਸਰਦਾਰ, ਤੁਸਾਂ ਕਿਹੜਾ ਜਵਾਬ ਦਿੱਤਾ? ਸੈਯਦ ਦੀ ਆਵਾਜ਼ ਨੀ ਬਤੂ, ਤੂੰ ਜਾ ਤੇ ਪਿਓ ਦੇ ਉਮਤੀ ਜਾਣ। ਬੀਬੀ ਦੀ ਆਵਾਜ਼ ਨੀ ਯਾ ਅਲੀ, ਅਗਰ ਮੈਂ ਜਵਾਬ ਨਹੀਂ ਬਣਾਏ ਤੇ ਮੇਰੀ ਤਰਫੋਂ ਮੇਰੇ ਬਾਬੇ ਦੇ ਉਮਤੀਆਂ ਨੂੰ ਆਖ ਛੋੜੋ। ਨਬੀ ਦੀ ਪਈ ਆਦੀ, ਮੈਂ ਤੁਹਾਡੀ ਥੋੜੇ ਦਿਨਾਂ ਦੀ ਮਹਿਮਾਨ ਹਾਂ,
میرا رون بند نہیں ہو سکتا میں نہ رواں اگر کوئی دنیا تے میرا سہارا ہو نہ کوئی میرا بھرا ہے نہ کوئی پھر آواز دی جاری میری ماں بھی ٹر گئی ہے میرا بابا بھی ٹر گئی ہے دنیا لی راضی ہونے میرے پیو دے اونتیاں نو آکھ نبی دی دھی پیا دی میں تہاڈی تھوڑے دن دی مہمان ہاں میرا رون بند نہیں ہو سکتا بی بی دی آواز دی یا علی میں قبر تی وی رون آواز دی میرا میت روسی میرا کفن روسی میری قبر روسی میں محشر والی روسا پن دیا بھائی آج پن لو بہت بڑا موقع نہیں آج حسین دی ماں دی مکانی بن گیا بیٹھے ہو یا علی دن کو میں پردہ دار ہاں تے وڈی پردہ دار ہاں دن کو میں اپنے گھر چ روسا انہاں نوں آکھ شام ہو سی بیا کوئی میرے نال دلے نہ دلے پتراں دیاں نوں نال لا کے میں جنگل وچ ونج روسا میرے امام آ کے اونٹیاں نال وعدہ کیتا وعدے والے دن تے بعد مدینے دے باروں سوا دو میل دی منزل تے میرے امام ایک درخت دے نال ککھاں دی جھوپڑی بنائی جدا تاریخ اتنا ہے بیت الحضر پڑھے لکھے نوجوان بزرگ بیٹھے ہو ساری اور تہاڈی زبان وچ بندا ہے امام بارگاہ روان دی جا رکھ میرے سر تے قرآن پہلا امام باڑا ہوئے جڑا بنایا لیے رنی نبی دی تھی دی لویا پتر نو علی چاہے نا سیندیا دائیا نو شاباش دیاں نالا کے تریا فضا دی کانت متھا ہوئے ہاں پیو دی قبر کرو لگیا رو رو کیا کیا بابا میں روڑ دی کیا بابا دی جنگل وچ روڑ پی میری آواز آیا بابا جڑے مسئے میں بطور تے آئے آواز دی حدیث تے آوے نا رات بن ونجیا والے دی پلی والا تھلی والا چادر پا کے آ رونی قبر نبی تے بی بی ڈواں بچڑیاں نو گل لا کے بی بی آدی الال محدت تا فیل قربا بابا آپ گیا فرما کے رو رو کیا دکھڑیے آج تھک پئی تیری تھی بابا تیری سند دے پردے ماتم کرنا آج تھک پئی زندگی ہون حوصلے نال دو مہینے میں نوکر کئی دیوار جنگل چنج رونی اور جہان بزرگوں ایک دی میرے امام دیتا ہے مسلمان درخت کٹ چھوڑا ہے جھونپڑی جلا چھوڑی اتنا رونا میرے امام علی درون دی آواز عرش دے لوگ سن آواز قدرت دی یا علی اچھا نہ رو میرا آسمان زمین تے آوے بطول دا وینا آواز آندی نہ رو والا کیوں رونا ہے سیدا دا میں نہ رو تے کون رو گی او وے مسلمان درخت کٹ چھوڑے جھونپڑی جلا چھوڑی ایو جی چوٹ لگی ہے محمد دی دل تے اتھاں وچ جھڑ پئی ہے اکھ بند ہوئی اس نا خواب وچ بابے دی زیارت ہوئی نبی فرمانے بطول تھک پئی رو کیا دی بابا نہ تھکا ہاں تیرے بعد میں رو نہیں دے سید دی آواز دی زارا میں تن دسنا آیا
کالا میں سرتائیں پیو دھی رلے اسائیں بابا کے کر گیا سادے اندر کوئی پتھر تا نہیں میری شینڈیا کھلی علی امام سجدہ عبادت انجا پیرالے پاس ماں بیٹی آتمان کیا دی اسنیند بابا بچ دی عبادت گھر چل کرے میں تیری لازے دی مہمانا علی دوینا عبادت یا بطو تو بھی کلا چھوڑی ویلی بی بی ادی اچھا نرا متا میری ادھیا مار بجی آجا بسم اللہ آجا آجا بسم اللہ کرنا آج را دیویا بھائی بسم اللہ کرنا بہت بڑے عالم کوئی حرج نہیں ہوندہ مصحب پاکان دا اے کرسی دے کرسی چاہ دے گھر والا ہی دو وین بابا جی فضا دا ہاتھ نہ پیس چلو میں سارا مضمون چھڑیں دب پیاں علی دا ہاتھ نہ پیس آواز آئی یا علی میں تیری لالے دی مہمانا میری چار وسیطیں سیدی آلی دس بطول بی بی دی آواز آئی یا علی میری پہلی وسیعت میرا جنازہ رات مجاویں اعلان نہ کراویں مت میرے جنازے تے ہو آویں جڑے میرے پیو دے جنازے تے نہ آئے سن کے میرا میت کم ویس ختم کرنا دیاں علی دیاں رادی ہوں نہیں ہاتھ نہ بنو ہاتھ نہ بنو دو جی وسیعت حوصلے نال میں تھا چھنے دب دو جی وسیعت بی بی دی آوانی یا علی میری قبر دا نشان مٹا چھوڑے آواز دی یا علی میرے مسلمان اب اتبار اٹھ گئے تریجی وسیعت بی بی دی آوانی یا علی اگر پھار پہنے نا ہر جمعرات دی جمعرات میری قبر تے قرآن پہنے بینا بالا کنا اور سنگے حسین بھاوے جو ندر چوبے حسین ضرور گناوے میری قبر نال سما چھوڑے بی بی آدھیا میرے دردہ دنا حسین میرے دکھا دنا حسین آباد آدھیا اللہ جانے میرے حسین نال کربلا کے مرنے آباد آدھیا یا علی میرے شبین اٹھے ڈاٹھی لگنی اور میرے مچنے دی بارتوں بھی اتھائیں چھوڑے ساں بزرگن تشریف لے آئیں مگر میری ماما بھینا کال شاید چھو لیٹ ہو گئی آئیں اے اپنی امین دھیا تو بھینا دے بہن پہ کریں نائے سے دا اے بھی رول ایسے نمتا ہوں سہے دیزرک بھی باہر در رہی ہے بی بی دیا وانی ہے یا علی میری دو وسیطہ باقی ہیں آوازہ دیے دس بطور اللہ گواہ تلیے تے کے اٹھیے سار تو چادر لائی حتمان کیا دیے یا علی پن دیا چٹے دین کرنا سیدیا علی کھر جو میں دائے کیوں نہ آوازہ دیے یا علی کہ تو سان دے آؤ جت بیٹھی ہویا میری کانتہ ہو لکھن میں دی آئی میں ٹوری میں نہیں ہے آواز دیا یا علی میری زینب ودی شرم علی ایشا امرل مجنا ہے عبادارو وچ مجنا ہے دربارو وچ مجنا ہے پتھر جلنے یا علی میری اتھیاں بھارت راہ مند گیا راہ دیا